ਕਿ ਕੇਜਰੀਵਾਲ ਜੀ ਜਦੋਂ ਕੋਵਿਡ ਦਾ ਟਾਈਮ ਸੀ ਉਦੋਂ ਜਨਤਾ ਨੂੰ ਹਸਪਤਾਲ ਤੱਕ ਬਣਾ ਕੇ ਦੇ ਨਹੀਂ ਪਾਏ। 9 ਸਾਲ ਹੋ ਗਏ ਇੱਕ ਵੀ ਹਸਪਤਾਲ ਨਹੀਂ ਬਣਿਆ। ਆਪਣਾ ਮਹਿਲ 45 ਕਰੋੜ ਰੁਪਏ ਦਾ ਅਰਵਿੰਦ ਕੇਜਰੀਵਾਲ ਨੇ 45 ਕਰੋੜ ਰੁਪਇਆ ਕੇਵਲ ਸਜਾਵਟ ਲਈ ਲਗਾਇਆ ਦਿੱਲੀ ਚ ਆਪਣੇ ਘਰ ਲਈ ਜਦੋਂ ਲੋਕੀ ਕੋਵਿਡ ਦੀ ਮਹਾਮਾਰੀ ਨਾਲ ਲੜ ਰਹੇ ਸੀ। ਅਰਵਿੰਦ ਕੇਜਰੀਵਾਲ ਦੀ ਕਰੋੜਾਂ ਰੁਪਏ ਦੀ ਦੀਵਾਰਾਂ ਖੜੀ ਹੋ ਰਹੀਆਂ ਸੀ, ਕਰੋੜਾਂ ਰੁਪਏ ਦਾ ਮਾਰਬਲ ਵਿਛ ਰਿਹਾ ਸੀ। 2-2 ਕਰੋੜ ਦੇ ਪਰਦੇ ਲਵਾ ਲਏ, ਤੁਹਾਡੇ ਘਰ ਲੱਗੇ 2 ਕਰੋੜ ਦੇ ਪਰਦੇ? ਨਾ ਜੀ, ਨਹੀਂ। 15 ਸ਼ੌਚਾਲਿਆ ਬਣਾ ਲਏ, ਟਾਇਲਟ ਪੂਰੇ ਦਿੱਲੀ ਚ 15 ਟਾਇਲਟ ਨਹੀਂ ਬਣਾਏ, ਮੁੱਖ ਮੰਤਰੀ ਦੇ ਘਰ 15 ਟਾਇਲਟ ਤੇ ਵਿਦੇਸ਼ੀ ਮਾਰਬਲ ਲਗਾ ਕੇ ਬਣਾਏ ਨੇ। ਟੀਵੀ ਜਿੱਥੇ ਤੁਸੀਂ ਦਿਖਾਉਂਦੇ ਹੋ, ਮੈਂ ਟੀਵੀ ਦੇ ਦਰਸ਼ਕਾਂ ਤੁਹਾਨੂੰ ਪੁੱਛਦਾ, ਤੁਹਾਡੇ ਘਰ ਕੀ 10 ਲੱਖ ਰੁਪਏ ਦਾ ਟੀਵੀ ਕੋਈ ਲੱਗਾ ਹੈ? ਅਰਵਿੰਦ ਕੇਜਰੀਵਾਲ ਦੇ ਘਰ ਇੱਕ ਨਹੀਂ ਕਈ ਟੀਵੀ 10-10 ਲੱਖ ਰੁਪਏ ਦੇ ਲੱਗੇ ਨੇ। ਕੀ ਤੁਹਾਡੇ ਘਰ ਪੜਦੇ 2 ਕਰੋੜ ਰੁਪਏ ਦੇ ਪੜਦੇ ਤੁਹਾਡੇ ਘਰ ਲੱਗੇ ਨੇ? ਅਰਵਿੰਦ ਕੇਜਰੀਵਾਲ ਦੇ ਘਰ ਲੱਗੇ ਨੇ। ਕੀ ਤੁਹਾਡੇ ਫਲੋਰ 6 ਕਰੋੜ ਰੁਪਏ ਦੇ ਪਏ ਨੇ, ਉਹਦੇ ਘਰ ਪਏ ਨੇ? ਕੀ ਤੁਹਾਡੇ ਘਰ ਕਰੋੜਾਂ ਰੁਪਏ ਦੇ 15 ਟਾਇਲਟ ਬਣੇ ਨੇ, ਉਹਦੇ ਬਣੇ ਨੇ ਅਰਵਿੰਦ ਕੇਜਰੀਵਾਲ ਦੇ? ਦਿੱਲੀ ਦੇ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਤੇ ਅਰਵਿੰਦ ਕੇਜਰੀਵਾਲ ਨੇ 8 ਕਰੋੜ ਦਾ ਸਵਿਮਿੰਗ ਪੂਲ ਬਣਾ ਲਿਆ, ਰੋਜ਼ ਨਵਾਂ ਪਾਣੀ ਪਾਉਂਦੇ ਨੇ। ਪਰ ਉਹ ਤਾਂ ਕਹਿੰਦੇ ਨੇ ਉਹ ਆਮ ਆਦਮੀ ਨੇ ਤੇ ਪੰਜਾਬ ਚ ਮੁੱਖ ਮੰਤਰੀ ਵੀ ਇਹ ਕਹਿੰਦੇ ਰਹੇ ਕਿ ਵੀਆਈਪੀ ਕਲਚਰ ਖਤਮ ਕਰਨਾ, ਕਿ ਅਸੀਂ ਆਮ ਆਦਮੀ ਹੈ। ਬਿਲਕੁਲ ਜੀ, ਜੇ ਇਹੋ ਜੇ ਆਮ ਹੋਣ ਤਾਂ ਜਨਤਾ ਆਪੇ ਤੈਅ ਕਰ ਲਓ। ਜੇ ਇਹਨਾਂ ਨੇ ਇੱਕ ਕੰਮ ਵੀ ਕੋਈ ਆਮ ਆਦਮੀ ਵਾਲਾ ਕੀਤਾ ਹੋਵੇ ਤਾਂ ਤੁਸੀਂ ਵੋਟਾਂ ਇਹਨਾਂ ਨੂੰ ਪਾ ਦਈ ਹੋ। ਇਹ ਦੇਖੋ ਆਮ ਆਦਮੀ ਦੇ ਨਾਮ ਤੇ ਕੀ ਕਰਦੇ ਨੇ। ਹਮ ਘਰ ਨਹੀਂ ਲੇਂਗੇ, ਗਾੜੀ ਨਹੀਂ ਲੇਂਗੇ, ਸੁਰੱਖਿਆ ਨਹੀਂ ਲੇਂਗੇ। ਇੱਕ ਪੰਜਾਬ ਦੀ, ਦਿੱਲੀ ਦੀ, 2 ਰਾਜਾਂ ਦੀ ਸੁਰੱਖਿਆ ਅਰਵਿੰਦ ਕੇਜਰੀਵਾਲ ਨੇ ਲਿੱਤੀ। ਘਰ ਇੱਕ ਨਹੀਂ ਲਿੱਤਾ, 4 ਕੋਠੀਆਂ ਖਾਲੀ ਕਰਾ ਕੇ ਹੁਣ ਵੱਡੀ ਕੋਠੀ ਬਣਾ ਲਈ। ਗੱਡੀ ਛੋਟੀ ਨਹੀਂ, ਸਾਰ ਨੂੰ ਵੱਡੀ ਲਿੱਤੀ ਹੈ, ਕੋਈ ਇਹੋ ਜਿਹੀ ਕਸਰ ਨਹੀਂ। ਹੁਣ ਅੰਨਾ ਹਜ਼ਾਰੇ ਵੀ ਸੋਚਦੇ ਹੋਣੇ ਕਿਹਦੇ ਨਾਲ ਮੈਂ ਜਾ ਕੇ ਬਹਿ ਗਿਆ ਸੀ, ਤੇ ਭਗਵੰਤ ਮਾਨ ਜੀ ਤਾਂ ਮੈਂ ਗੱਲ ਹੀ ਨਹੀਂ ਕਰਨੀ। ਇੱਕ ਗੱਡੀ ਨਹੀਂ ਜੀ, ਉਹਨਾਂ ਦਾ ਕਾਫਿਲਾ ਤਾਂ ਦੇਖੋ। ਕਦੇ ਤੁਹਾਡੇ ਕੋਲ ਮੌਕਾ ਮਿਲੇ ਤਾਂ ਜਰਾ ਇੱਕ ਵੀਡੀਓ ਦਿਖਾਓ, ਕਾਫਲੇ 'ਚ ਗੱਡੀਆਂ ਕਿੰਨੀਆਂ ਚੱਲਦੀਆਂ। ਇਹ ਜਨਤਾ ਦੀ ਗੁੜ ਕਮਾਈ ਦਾ ਪੈਸਾ ਇਹ ਆਪਣੀ ਸ਼ਾਨੋ ਸ਼ੌਕਤ 'ਚ ਖੜਾ ਕਰ ਰਹੇ ਨੇ। ਜੋ ਰਾਜੇ ਮਹਾਰਾਜਿਆਂ ਨੇ ਕੀਤਾ ਇਹ ਆਮ ਆਦਮੀ ਦੇ ਨਾਮ 'ਤੇ ਉਹਦੇ ਨੂੰ ਜ਼ਿਆਦਾ ਕਰਨ ਦਾ ਕੰਮ ਕੀਤਾ।